ਨਿਸ਼ਕਾਮ ਟੀਵੀ ਦੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਕਿ ਸਰਬਜੀਤ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। 23 ਫਰਵਰੀ ਨੂੰ ਨਿਊ ਇੰਗਲੈਂਡ ਸਿੱਖ ਸਟੱਡੀ ਸਰਕਲ ਗੁਰਦੁਆਰਾ ਸਾਹਿਬ ਲਈ ਬੜਾ ਵੱਡਾ ਦਿਨ ਸੀ। ਇਸ ਦਿਨ ਅਮਰੀਕੀ ਰਾਜਨੀਤੀ ਦੀ ਮੰਨੀ ਹੋਈ ਸ਼ਖਸੀਅਤ ਕਾਂਗਰਸਵੂਮੈਨ ਕੈਥਰੀਨ ਕਲਾਰਕ ਨੇ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ। ਕੈਥਰੀਨ ਕਲਾਰਕ, ਜਿਨ੍ਹਾਂ ਦਾ ਜਨਮ ਕਨੈਟੀਕਟ ਵਿੱਚ ਹੋਇਆ ਸੀ, ਬੋਸਟਨ ਨੂੰ ਆਪਣਾ ਘਰ ਬਣਾਉਣ ਤੋਂ ਪਹਿਲਾਂ ਉਹਨਾਂ ਨੇ ਕਈ ਸਟੇਟਸ ਵਿੱਚ ਅਟਾਰਨੀ ਵਜੋਂ ਕੰਮ ਕੀਤਾ। ਇਸੇ ਨਾਲ ਮੈਸਾਚੂਸੈਟਸ ਵਿੱਚ 5 ਵਾਰੀ ਸੰਯੁਕਤ ਰਾਜ ਦੇ ਪ੍ਰਤੀਨਿਧੀ ਵਜੋਂ ਸੇਵਾ ਨਿਭਾਈ। ਜ਼ਿਲ੍ਹੇ ਵਿੱਚ ਬੋਸਟਨ ਦੇ ਉੱਤਰੀ ਅਤੇ ਪੱਛਮੀ ਉਪਨਗਰ ਸ਼ਾਮਲ ਹਨ, ਜਿਵੇਂ ਕਿ ਫਰੈਮਿੰਗਮ, ਬੂਬਨ। ਨਿਊ ਇੰਗਲੈਂਡ ਸਿੱਖ ਸਟੱਡੀ ਸਰਕਲ ਵਿੱਚ ਦੌਰਾ ਕਰਨਾ ਸਮੂਹ ਸਿੱਖ ਸੰਗਤ ਲਈ ਬੜੇ ਹੀ ਮਾਣ ਦੀ ਗੱਲ ਸੀ। ਉਹਨਾਂ ਨੇ ਸੰਗਤ ਨਾਲ ਅਤੇ ਖਾਲਸਾ ਸਕੂਲ ਦੇ ਬੱਚਿਆਂ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਉਤਸ਼ਾਹ ਵਧਾਇਆ। ਇਸੇ ਦਿਨ ਨੂੰ ਮੁੱਖ ਰੱਖਦੇ ਹੋਏ ਪੇਸ਼ ਹੈ ਨਿਸ਼ਕਾਮ ਟੀਵੀ ਦੀ ਇਹ ਰਿਪੋਰਟ। 23 ਫਰਵਰੀ ਦਿਨ ਐਤਵਾਰ, ਜੋ ਕਿ ਨਵਾਂ ਜੋਸ਼ ਲੈ ਕੇ ਆਇਆ। ਇਸ ਦਿਨ ਕਾਂਗਰਸਵੂਮੈਨ ਕੈਥਰੀਨ ਕਲਾਰਕ ਨੇ ਨਿਊ ਇੰਗਲੈਂਡ ਸਿੱਖ ਸਟੱਡੀ ਸਰਕਲ ਦਾ ਦੌਰਾ ਕਰਕੇ ਸਿੱਖ ਕਮਿਊਨਿਟੀ ਦਾ ਮਾਣ ਵਧਾਇਆ। ਉਹਨਾਂ ਦੇ ਆਉਣ ਤੇ ਸੰਗਤ ਮੈਂਬਰਸ ਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਮਿਸਿਸ ਦੀਪਿਕਾ ਸਾਨੀ ਨੇ ਉਹਨਾਂ ਦੀ ਅਗਵਾਈ ਕੀਤੀ। ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਛੋਟੀ ਜਗ੍ਹਾ 'ਤੇ ਸੀ ਅਤੇ ਹੁਣ ਸੰਗਤ ਦੇ ਉਪਰਾਲੇ ਨਾਲ ਇਹ ਵੱਡੀ ਜਗ੍ਹਾ ਲੈ ਕੇ ਵੈਸਟਬਰੋ ਵਿੱਚ ਨਵੇਂ ਗੁਰਦੁਆਰੇ ਸਾਹਿਬ ਦੀ ਉਸਾਰੀ ਕੀਤੀ ਗਈ ਹੈ। ਉਹਨਾਂ ਨੂੰ ਸਿੱਖ ਧਰਮ ਦੇ ਸਿਧਾਂਤਾਂ ਦੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੂੰ ਸਿਰ ਢੱਕਣ ਲਈ ਸਕਾਰਫ ਦਿੱਤੇ ਗਏ, ਜਿਸ ਦਾ ਉਹਨਾਂ ਨੇ ਪੂਰਾ ਸਤਿਕਾਰ ਕੀਤਾ। ਸੰਗਤ ਮੈਂਬਰ ਸਰਦਾਰ ਅਮਰ ਸਿੰਘ ਸਾਨੀ, ਜਿਨ੍ਹਾਂ ਦੇ ਉਪਰਾਲੇ ਨਾਲ ਇਹ ਦਿਨ ਆਇਆ ਹੈ, ਉਹਨਾਂ ਨੇ ਮਿਸਿਸ ਕਲਾਰਕ ਨੂੰ ਖਾਲਸਾ ਸਕੂਲ ਦੇ ਐਡਮਿਨ ਸਟਾਫ ਨਾਲ ਮੁਲਾਕਾਤ ਕਰਵਾਈ। ਇਸ ਤੋਂ ਬਾਅਦ ਉਹਨਾਂ ਨੂੰ ਲੰਗਰ ਹਾਲ ਦਾ ਦੌਰਾ ਕਰਵਾਇਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਖਾਲਸਾ ਸਕੂਲ ਦੇ ਕਲਾਸਰੂਮਸ ਵਿੱਚ ਜਾ ਕੇ ਸਕੂਲ ਦੇ ਸਟੂਡੈਂਟਸ ਤੇ ਟੀਚਰਸ ਨਾਲ ਮਿਲ ਕੇ ਉਹਨਾਂ ਦੇ ਕਰੀਕੁਲਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਬੱਚਿਆਂ ਨਾਲ ਫੋਟੋਜ਼ ਵੀ ਖਿਚਵਾਈਆਂ, ਜਿਸ ਦੇ ਵਿੱਚ ਵੈਸਟਬਰੋ ਪੁਲਿਸ ਡਿਪਾਰਟਮੈਂਟ ਵੀ ਸ਼ਾਮਿਲ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਗੁਰਦੁਆਰਾ ਸਾਹਿਬ ਦੀ ਸਿਕਿਉਰਿਟੀ ਵਿੱਚ ਵੈਸਟਬਰੋ ਪੁਲਿਸ ਡਿਪਾਰਟਮੈਂਟ ਦਾ ਬਹੁਤ ਵੱਡਾ ਹੱਥ ਹੈ। ਹਰ ਸੰਡੇ ਨੂੰ ਪੁਲਿਸ ਦਾ ਸੰਗਤ ਦੇ ਟ੍ਰੈਫਿਕ ਨੂੰ ਕੰਟਰੋਲ ਕਰਨਾ ਤੇ ਸੰਗਤ ਦੀ ਸੇਫਟੀ ਦੀ ਜ਼ਿੰਮੇਵਾਰੀ ਵੀ ਪੁਲਿਸ ਡਿਪਾਰਟਮੈਂਟ ਨਿਭਾ ਰਿਹਾ ਹੈ। ਇਸ ਤੋਂ ਬਾਅਦ ਮਿਸਿਸ ਕਲਾਰਕ ਨੂੰ ਸ਼ਰਧਾ ਪੂਰਵਕ ਦੀਵਾਨ ਹਾਲ ਵਿੱਚ ਲਿਆਂਦਾ ਗਿਆ।
ਜਿੱਥੇ ਉਹਨਾਂ ਨੇ ਸਿਰ ਝੁਕਾ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਆਦਰ ਪ੍ਰਗਟ ਕੀਤਾ। ਖਾਲਸਾ ਸਕੂਲ ਦੇ ਸਟੂਡੈਂਟ ਤੇ ਨਿਸ਼ਕਾਮ ਟੀਵੀ ਦੇ ਪ੍ਰੋਡਕਸ਼ਨ ਟੀਮ ਦੇ ਟੀਮ ਲੀਡ ਰੌਣਕ ਸਿੰਘ ਮੋਖਾ ਅਤੇ ਪ੍ਰਿਆ ਕੌਰ ਸਾਨੀ ਨੇ ਉਹਨਾਂ ਦੀ ਸਾਰੀ ਸੰਗਤ ਵੱਲੋਂ ਸਵਾਗਤ ਕੀਤਾ। It is a pleasure to be with you, to learn more about Sikhism. ਕਮੇਟੀ ਮੁੱਖ ਸਰਦਾਰ ਬਲਜੀਤ ਸਿੰਘ ਨਿੱਜਰ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਦੇ ਰਾਜਨੀਤੀ ਸਫ਼ਰ ਲਈ ਉਹਨਾਂ ਨੂੰ ਤੇ ਕਾਂਗਰਸਮੈਨ ਜੋ ਕੈਨੇਡੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦਿਨ ਸਰਦਾਰ ਹਰਬਲਦੀਪ ਸਿੰਘ ਤੇ ਨਿਸ਼ਕਾਮ ਟੀਵੀ ਦੀ ਪੂਰੀ ਟੀਮ ਨੇ ਪੂਰੇ ਜੋਸ਼ ਨਾਲ ਉਹਨਾਂ ਦਾ ਸਾਥ ਦਿੱਤਾ। ਉਮੀਦ ਹੈ ਕਿ ਤੁਹਾਨੂੰ ਇਹ ਰਿਪੋਰਟ ਪਸੰਦ ਆਈ ਹੋਵੇਗੀ। ਜੇ ਤੁਸੀਂ ਬੋਸਟਨ ਵਿੱਚ ਹੋ ਰਹੀ ਸਾਰੀ ਗਤੀਵਿਧੀਆਂ ਦਾ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਨਿਸ਼ਕਾਮ ਟੀਵੀ ਦੇ ਬੱਚਿਆਂ ਨੂੰ ਲਾਈਕਸ ਅਤੇ ਕਮੈਂਟਸ ਦੇ ਕੇ ਉਹਨਾਂ ਦੇ ਜੋਸ਼ ਨੂੰ ਹੋਰ ਵਧਾਓ ਅਤੇ ਆਪਣੇ ਫਰੈਂਡਸ ਤੇ ਫੈਮਿਲੀਜ਼ ਨਾਲ ਸ਼ੇਅਰ ਜ਼ਰੂਰ ਕਰਨਾ। ਸਾਈਨਿੰਗ ਆਫ, ਸਰਬਜੀਤ ਕੌਰ।